ਸਾਨੂੰ ਪਤਾ ਤਾਂ ਲੱਗੇ ਸਾਰੇ ਪਾਸੇ ਕਰੋਨਾ ਕਰੋਨਾ ਹੋਈ ਪਈ ਹੈ। ਇੱਧਰ ਦੇਖੋ ਤਾਂ ਕਰੋਨਾ, ਉੱਧਰ ਦੇਖੋ ਤਾਂ ਕਰੋਨਾ। ਤੇ ਹੁਣ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਦੀ ਇਹ ਚੇਨ ਨੂੰ ਤੋੜਨ ਦੇ ਲਈ ਹਰ ਜਗ੍ਹਾ ਕਰਫਿਊ ਲੱਗਿਆ ਹੋਇਆ, ਪਰ ਫਿਰ ਵੀ ਕੁਝ ਲੋਕ, ਕੁਝ ਬੱਚੇ ਬਾਹਰ ਘੁੰਮਣੋ ਫਿਰਨੋ ਨਹੀਂ ਟਲਦੇ। ਸੋ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਆ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲਿਸ ਵਾਲਿਆਂ ਵੱਲੋਂ ਇਹਨਾਂ ਸ਼ਰਾਰਤੀ ਬੱਚਿਆਂ ਨੂੰ ਕਰਫਿਊ ਹੋਣ ਦੇ ਬਾਵਜੂਦ ਬਾਹਰ ਘੁੰਮਣ ਫਿਰਨ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਵੀਡੀਓ ਵਿੱਚ ਪੁਲਿਸ ਵਾਲਿਆਂ ਵੱਲੋਂ ਇਹਨਾਂ ਜਵਾਕਾਂ ਤੋਂ ਚੰਗੀਆਂ ਡੰਡ ਬੈਠਕਾਂ ਲਵਾਈਆਂ ਜਾ ਰਹੀਆਂ ਨੇ। ਸੋ ਆਓ ਵਿਖਾਉਂਦੇ ਆ ਪੂਰੀ ਵੀਡੀਓ। ਹਾਂਜੀ, ਫੋਟੋ ਲੈਣ ਦੋ ਜੀ, ਸਾਨੂੰ ਪਤਾ ਤਾਂ ਲੱਗੇ। ਲੱਤਾਂ ਫੁੱਲ ਲੈਂਦੇ ਮਾੜੀਆਂ ਜੀ ਇਹਨਾਂ ਦੀਆਂ। ਚਲੋ ਸੋ ਬੇਨਤੀ ਹੈ ਇਹੋ ਜਿਹੇ ਬੱਚਿਆਂ ਦੇ ਮਾਪਿਆਂ ਨੂੰ ਕਿ ਆਪਦੇ ਬੱਚਿਆਂ ਨੂੰ ਕਰਫਿਊ ਵਿੱਚ ਬਾਹਰ ਨਾ ਕੱਢਣ, ਤੇ ਖੁਦ ਵੀ ਜੇ ਸਖਤ ਲੋੜ ਹੋਵੇ ਤਦ ਹੀ ਬਾਹਰ ਜਾਵੋ, ਕਿਉਂਕਿ ਇਹ ਕਰਫਿਊ ਸਰਕਾਰ ਨੇ ਸਾਡੇ ਭਲੇ ਲਈ ਹੀ ਲਗਾਇਆ ਤਾਂ ਕਿ ਕਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਸੋ ਸਾਨੂੰ ਸਾਰਿਆਂ ਨੂੰ ਸਿਹਤ ਵਿਭਾਗ ਅਤੇ ਸਰਕਾਰ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਕਰੋਨਾ ਵਰਗੀ ਬਿਮਾਰੀ ਨੂੰ ਰੋਕਿਆ ਜਾ ਸਕੇ। ਬਿਊਰੋ ਰਿਪੋਰਟ, ਪੰਜਾਬੀ ਟੀਵੀ। ਸਾਨੂੰ ਪਤਾ ਤਾਂ ਲੱਗੇ। ਲੱਤਾਂ ਫੁੱਲ ਲੈਂਦੇ ਮਾੜੀਆਂ ਜੀ ਇਹਨਾਂ ਦੀਆਂ। ਚਲੋ